92 ਘੰਟੇ ਤੋਂ ਮਲਵੇ ਦੇ नीचे ਦੱਬਿਆ ਹੋਇਆ ਸੀ ਨੌਜਵਾਨ ਲੜਕਾ ਖੁਦ ਨੂੰ ਜ਼ਿੰਦਾ ਰੱਖਣ ਦੇ ਲਈ ਪੀ ਰਿਆ ਸੀ ਪੇਸ਼ਾਬ ਜੀ ਹਾਂ ਦਰکی ਤੋਂ ਬੇहद ਬినాਸ਼ਕਾਰੀ ਤਸਵੀਰਾਂ ਸਾਹਮਣੇ ਆਈਆਂ ਸਨ ਜਿੱਥੇ ਕਿ ਪੁਚਾਲ ਦੇ ਚਪੇਟ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਆ ਜਾਂਦੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਆਪਣੀਆਂ ਕੀਮਤੀ ਜਾਨਾਂ ਗੁਆਉਣੀਆਂ ਪੈ ਜਾਂਦੀਆਂ ਨੇ ਤੇ ਬਹੁਤ ਸਾਰੇ ਲੋਕ ਅਜੇ ਵੀ ਸਨ ਜੋ ਕਿ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਚੁੱਕੇ ਸਨ ਤੇ ਉਸ ਤੋਂ ਬਾਅਦ ਰੈਸਕਿਊ ਟੀਮਾਂ ਮੌਕੇ ਤੇ ਪਹੁੰਚਦਿਆਂ ਨੇ ਇਸ ਵਿੱਚਕਾਰ ਇੱਕ ਨੌਜਵਾਨ ਜਿਸ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਅਦਨਾਨ ਮੁਹੰਮਦ ਉਸ ਦਾ ਨਾਮ ਹੈ ਜਿਸ ਨੂੰ ਪੂਰੇ 4 ਦਿਨ ਬਾਅਦ ਕਿ ਕੀਤਾ ਜਾਂਦਾ ਹੈ ਉਸਨੇ ਜਾਣਕਾਰੀ ਸਾਂਝੀ ਕੀਤੀ ਕਿ ਜਿਸ ਵਕਤ ਉਹ ਮਲਬੇ ਦੇ نیچے ਦੱਬਿਆ ਪਿਆ ਸੀ ਉਸ ਵਕਤ ਹਰ 25 ਮਿੰਟ ਬਾਅਦ ਆਪਣੇ ਮੋਬਾਈਲ ਫੋਨ ਤੇ ਇੱਕ అలਾਰਮ ਸੈੱਟ ਕਰ ਰਿਹਾ ਸੀ ਕਿ ਤਾਂ ਜੋ ਜੇਕਰ ਰੈਸਕਿਊ ਟੀਮਾਂ ਉਸਦੇ ਤੱਕ ਪਹੁੰਚਣ ਤਾਂ ਉਹ ਨੀਂਦ ਦੇ ਵਿੱਚ ਸੁੱਤਾ ਪਿਆ ਨਾ ਹੋਵੇ ਤਾਂ ਜੋ ਉਸ ਨੂੰ ਦਰੜਿਆ ਨਾ ਜਾ ਸਕੇ ਕਿਉਂਕਿ ਰੈਸਕਿਊ ਟੀਮਾਂ ਪਾਰੀ ਗਿਣਤੀ ਦੇ ਵਿੱਚ ਮੌਜੂਦ ਸਨ ਜੋ ਕਿ ਆਸ-ਪਾਸ ਦੇ ਏਰੀਆਜ਼ ਦੇ ਵਿੱਚੋਂ ਮਲਬੇ ਨੂੰ ਹਟਾਉਣ ਦਾ ਕੰਮ ਕਰ ਰਹੀਆਂ ਸਨ ਜੇਕਰ ਉਹ ਸੋ ਜਾਂਦਾ ਜੇਕਰ ਉਹ ਆਵਾਜ਼ ਨਾ ਕੱਢ ਪਾਉਂਦਾ ਤੇ ਹੋ ਸਕਦਾ ਸੀ ਸ਼ਾਇਦ ਰੈਸਕਿਊ ਟੀਮਾਂ ਨੂੰ ਨਾ ਪਤਾ ਚੱਲਦਾ ਕਿ ਇਸ ਏਰੀਏ ਦੇ ਵਿੱਚ ਇਸ ਜਗ੍ਹਾ ਤੇ ਵੀ ਮਲਵੇ નીચે ਕੋਈ ਹਾਲੇ ਤੱਕ ਵੀ ਜ਼ਿੰਦਾ ਬੈਠਾ ਹੈ ਇਸ ਤੋਂ ਇਲਾਵਾ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਬਿਆਨ ਉਸਨੇ ਵੀ ਦਿੱਤਾ ਹੈ ਕਿ ਖੁਦ ਨੂੰ ਜ਼ਿੰਦਾ ਰੱਖਣ ਦੇ ਲਈ ਲਗਾਤਾਰ ਹੀ ਆਪਣਾ ਖੂਦ ਦਾ ਹੀ ਪਿਸ਼ਾਬ ਪੀਣਾ ਪੈ ਰਿਹਾ ਸੀ ਇਸ ਨੌਜਵਾਨ ਨੂੰ ਜਿਵੇਂ ਹੀ ਇਸ ਲੜਕੇ ਨੂੰ 4 ਦਿਨ ਬਾਅਦ ਬਾਹਰ ਕੱਢਿਆ ਜਾਂਦਾ ਹੈ ਉਸ ਵਕਤ ਪਰਿਵਾਰਿਕ ਮੈਂਬਰ ਕਾਫੀ ਜ਼ਿਆਦਾ ਖੁਸ਼ ਨਜ਼ਰ ਆਉਂਦੇ ਨੇ ਮਾਂ ਦੇ ਵੱਲੋਂ ਤੇ ਪੈਣਾ ਦੇ ਵੱਲੋਂ ਇਸ ਲੜਕੇ ਦਾ ਮੱਥਾ ਚੁੰਮਿਆ ਜਾਂਦਾ ਹੈ ਤੇ ਰੈਸਕਿਊ ਟੀਮਾਂ ਨੂੰ ਲਗਾਤਾਰ ਧੰਨਵਾਦ ਤੇ ਸ਼ੁਕਰੀਆ ਕਰਦੇ ਹੋਏ ਨਜ਼ਰ ਆ ਰਹੇ ਸਨ ਮਾਪੇ ਤੇ ਬਹੁਤ ਬਹੁਤ ਧੰਨਵਾਦ ਕੀਤਾ ਅਦਨਾਨ ਮੁਹੰਮਦ ਨੇ ਰੈਸਕਿਊ ਟੀਮਾਂ ਦਾ ਤੇ ਰੱਬ ਦਾ ਕਿ ਉਸ ਦੀ ਜਾਨ ਬਚ ਚੁਕੀ ਹੈ ਬਿਹਤ ਵਿਨਾਸ਼ਕਾਰੀ ਤੇ ਭਿਆਨਕ ਪੁਚਾਹ ਲੌਂਦਾ ਹੈ ਜਿਸ ਤੋਂ ਬਾਅਦ ਇਸ ਬੱਚੇ ਦੀ ਜਾਨ ਬਚਾਈ ਜਾ ਸਕੀ ਹੈ 94 ਘੰਟੇ ਤੋਂ ਮਲਵੇ ਦੇ نیچے ਦੱਬਿਆ ਹੋਇਆ ਸੀ ਨੌਜਵਾਨ ਲੜਕਾ ਖੁਦ ਨੂੰ ਜ਼ਿੰਦਾ ਰੱਖਣ ਦੇ ਲਈ ਪੀ ਰਿਆ ਸੀ ਪੇਸ਼ਾਬ ਜੀ ਹਾਂ ਤੁਰਕੀ ਤੋਂ ਬੇहद ਬਨਾਸ਼ਕਾਰੀ ਤਸਵੀਰਾਂ ਸਾਹਮਣੇ ਆਈਆਂ ਸਨ ਜਿੱਥੇ ਕਿ ਪੁਚਾਲ ਦੀ ਚਪੇੜ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਆ ਜਾਂਦੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਆਪਣੀਆਂ ਕੀਮਤੀ ਜਾਨਾਂ ਗਵਾਉਣੀਆਂ ਪੈ ਜਾਂਦੀਆਂ ਨੇ ਤੇ ਬਹੁਤ ਸਾਰੇ ਲੋਕ ਅਜੇ ਵੀ ਸਨ ਜੋ ਕਿ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਚੁੱਕੇ ਸਨ ਤੇ ਉਸ ਤੋਂ ਬਾਅਦ ਰੈਸਕਿਊ ਟੀਮਾਂ ਮੌਕੇ ਤੇ ਪਹੁੰਚਦਿਆਂ ਨੇ ਇਸ ਵਿੱਚਕਾਰ ਇੱਕ ਨੌਜਵਾਨ ਜਿਸ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਅਦਨਾਨ ਮੁਹੰਮਦ ਉਸ ਦਾ ਨਾਮ ਹੈ ਜਿਸ ਨੂੰ ਪੂਰੇ 4 ਦਿਨ ਬਾਅਦ ਕਿ ਕੀਤਾ ਜਾਂਦਾ ਹੈ ਉਸਨੇ ਜਾਣਕਾਰੀ ਸਾਂਝੀ ਕੀਤੀ ਕਿ ਜਿਸ ਵਕਤ ਉਹ ਮਲਬੇ ਦੇ نیچے ਦੱਬਿਆ ਪਿਆ ਸੀ ਉਸ ਵਕਤ ਹਰ 25 ਮਿੰਟ ਬਾਅਦ ਆਪਣੇ ਮੋਬਾਈਲ ਫੋਨ ਤੇ ਇੱਕ అలਾਰਮ ਸੈੱਟ ਕਰ ਰਿਹਾ ਸੀ ਕਿ ਤਾਂ ਜੋ ਜੇਕਰ ਰੈਸਕਿਊ ਟੀਮਾਂ ਉਸਦੇ ਤੱਕ ਪਹੁੰਚਣ ਤਾਂ ਉਹ ਨੀਂਦ ਦੇ ਵਿੱਚ ਸੁੱਤਾ ਪਿਆ ਨਾ ਹੋਵੇ ਤਾਂ ਜੋ ਉਸਨੂੰ ਦਰੜਿਆ ਨਾ ਜਾ ਸਕੇ ਕਿਉਂਕਿ ਰੈਸਕਿਊ ਟੀਮਾਂ ਪਾਰੀ ਗਿਣਤੀ ਦੇ ਵਿੱਚ ਮੌਜੂਦ ਸਨ ਜੋ ਕਿ ਆਸ-ਪਾਸ ਦੇ ਏਰੀਆਜ਼ ਦੇ ਵਿੱਚੋਂ ਮਲਬੇ ਨੂੰ ਹਟਾਉਣ ਦਾ ਕੰਮ ਕਰ ਰਹੀਆਂ ਸਨ ਜੇਕਰ ਉਹ ਸੋ ਜਾਂਦਾ ਜੇਕਰ ਉਹ ਆਵਾਜ਼ ਨਾ ਕੱਢ ਪਾਉਂਦਾ ਤੇ ਹੋ ਸਕਦਾ ਸੀ ਸ਼ਾਇਦ ਰੈਸਕਿਊ ਟੀਮਾਂ ਨੂੰ ਨਾ ਪਤਾ ਚੱਲਦਾ ਕਿ ਇਸ ਏਰੀਏ ਦੇ ਵਿੱਚ ਇਸ ਜਗ੍ਹਾ ਤੇ ਵੀ ਮਲਵੇ નીચે ਕੋਈ ਹਾਲੇ ਤੱਕ ਵੀ ਜ਼ਿੰਦਾ ਬੈਠਾ ਹੈ ਇਸ ਤੋਂ ਇਲਾਵਾ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਬਿਆਨ ਉਸਨੇ ਵੀ ਦਿੱਤਾ ਹੈ ਕਿ ਖੁਦ ਨੂੰ ਜ਼ਿੰਦਾ ਰੱਖਣ ਦੇ ਲਈ ਲਗਾਤਾਰ ਹੀ ਆਪਣਾ ਖੁਦ ਦਾ ਹੀ ਪਿਸ਼ਾਬ ਪੀਣਾ ਪੈ ਰਿਹਾ ਸੀ ਇਸ ਨੌਜਵਾਨ ਨੂੰ ਜਿਵੇਂ ਹੀ ਇਸ ਲੜਕੇ ਨੂੰ 4 ਦਿਨ ਬਾਅਦ ਬਾਹਰ ਕੱਢਿਆ ਜਾਂਦਾ ਹੈ ਉਸ ਵਕਤ ਪਰਿਵਾਰਿਕ ਮੈਂਬਰ ਕਾਫੀ ਜ਼ਿਆਦਾ ਖੁਸ਼ ਨਜ਼ਰ ਆਉਂਦੇ ਨੇ ਮਾਂ ਦੇ ਵੱਲੋਂ ਤੇ ਪੈਣਾ ਦੇ ਵੱਲੋਂ ਇਸ ਲੜਕੇ ਦਾ ਮੱਥਾ ਚੁੰਮਿਆ ਜਾਂਦਾ ਹੈ ਤੇ ਰੈਸਕਿਊ ਟੀਮਾਂ ਨੂੰ ਲਗਾਤਾਰ ਧੰਨਵਾਦ ਤੇ ਸ਼ੁਕਰੀਆ ਕਰਦੇ ਹੋਏ ਨਜ਼ਰ ਆ ਰਹੇ ਸਨ ਮਾਪੇ ਤੇ ਬਹੁਤ ਬਹੁਤ ਧੰਨਵਾਦ ਕੀਤਾ ਅਦਨਾਨ ਮੁਹੰਮਦ ਨੇ ਰੈਸਕਿਊ ਟੀਮਾਂ ਦਾ ਤੇ ਦਾ ਕਿ ਉਸ ਦੀ ਜਾਨ ਬਚ ਚੁਕੀ ਹੈ ਬਿਹਤ ਵਿਨਾਸ਼ਕਾਰੀ ਤੇ ਭਿਆਨਕ ਪੁਚਾ ਲੋਂਦਾ ਹੈ ਜਿਸ ਤੋਂ ਬਾਅਦ ਇਸ ਬੱਚੇ ਦੀ ਜਾਨ ਬਚਾਈ ਜਾ ਸਕੀ ਹੈ